ਨਹੀਂ ਤਾਂ ਤੁਹਾਡੇ ਪੈਸੇ ਤੁਹਾਨੂੰ ਵਾਪਸ ਹੋ ਜਾਣਗੇ। ਹੈਲੋ ਬੋਲੋ ਪੈਸੇ ਵਾਪਸ ਦੋ ਮੋਬਾਈਲ ਫ੍ਰੀ ਹੋ ਗਏ ਅਗਰ ਇਹਦੇ ਵਿੱਚ ਚਾਚੀ ਜੀ ਕੋਈ ਬੱਚਿਆਂ ਦੇ ਪੈਂਪਰ ਨਹੀਂ ਪੈਂਦਾ ਇਹ ਤੁਹਾਡੇ ਹੀ ਨਹੀਂ ਇੱਕ ਮੋਬਾਈਲ ਮੁਬਾਰਕ ਹੋਵੇ ਜੀ, ਖੈਰ ਮੁਬਾਰਕ ਕਹਿ ਦੇ ਤੁਹਾਡਾ ਨੈਸ਼ਨਲ ਕੰਪਨੀ ਦਾ ਆਰੇ ਨਿਕਲਿਆ 4500 ਖੈਰ ਮੁਬਾਰਕ ਕਹਿ ਦੇ, ਤੁਹਾਡਾ ਇਨਾਮ ਵੀ ਮਿਲੇਗਾ ਮੋਬਾਈਲ ਵੀ ਮਿਲੇਗਾ, ਇੰਨੀ ਜੀ ਗੱਲ। ਅੱਲਾ ਮਾਫੀ ਦੇਵੇ, ਤੁਸੀਂ ਤਾਂ ਪਰੇਸ਼ਾਨ ਹੋ ਗਿਆ ਜੀ। ਨਹੀਂ ਸਮਝ, 3800 ਰੁਪਏ ਦੀ ਕੀ ਕੀਤਾ? 3850 ਰੁਪਏ ਚ ਇਨਾਮ ਵੀ ਅਤੇ ਮੋਬਾਈਲ ਵੀ, ਨੈਸ਼ਨਲ ਆਰਮੀ ਕੀ ਇਨਾਮ ਕੀ ਹੈ ਸਰ? ਦੇ ਰਹੇ ਚਾਚੂ ਜੀ ਤੁਹਾਨੂੰ 1 ਸਾਲ ਦੀ ਗਰੰਟੀ ਵਾਲਾ ਮੋਬਾਈਲ ਵੀ। ਤੁਹਾਡਾ ਮੋਬਾਈਲ ਖੋਲ੍ਹਣਾ ਸਾ ਜੀ, ਮੈਂ ਲੈਣਾ ਮੋਬਾਈਲ ਪਾਇਨਾ, ਤੁਸੀਂ ਵੀਡੀਓ ਬਣਾਓ ਜੀ। ਅਫਸੋਸ ਯਾਰ, ਕਿਉਂ ਅਫਸੋਸ? ਸਾਡੀ ਗੱਲ 'ਤੇ ਯਕੀਨ ਨਹੀਂ, ਵੀਡੀਓ ਬਣਨ 'ਚ ਕੀ ਮਸਲਾ ਹੈ? ਅਫਸੋਸ ਹੈ ਭਾਵੇਂ, ਤੁਸੀਂ ਆਪਣਾ ਤਾਰਫ ਕਰਾਓ ਸਾਡੀ ਵੀਡੀਓ, ਐਵੇਂ ਤੁਸੀਂ ਜਾ ਕੇ ਕਿਤੇ ਸਾਨੂੰ ਵੀ ਪਤਾ ਕੌਣ ਹੋ ਤੁਸੀਂ? ਮੈਨੂੰ ਕੀ ਪਤਾ ਤੁਸੀਂ ਕੌਣ ਹੋ? ਅਸੀਂ ਕੰਪਨੀ ਦੇ ਬੰਦੇ ਨਹੀਂ ਹੋਣਾ। ਅੱਲਾ ਮਾਫੀ ਦੇਵੇ, ਅਸੀਂ ਤੁਹਾਨੂੰ ਤੁਸੀਂ ਵੀ ਆਓ ਮੋਬਾਈਲ ਯਾਰ ਵੇਚਿਆ ਜੀ ਹੁਣ ਭਾਈ, ਇਹਦਾ ਹੋ ਗਿਆ ਤੇ ਰੁਕ ਜਾਓ, ਖੋਲੋ ਨਾ ਇਹਨੂੰ, ਕਿਹੜਾ ਮੋਬਾਈਲ ਸਾਨੂੰ ਅੱਜ ਮਾਰਨਾ ਵਾ ਯਾਰ? ਮੋਬਾਈਲ ਖੋਲ, ਮੋਬਾਈਲ ਖੋਲੋ, ਹਾਂ ਖੋਲ ਕੇ ਖੋਲ ਦਾ ਮਤਲਬ ਹੈ ਉਹਨੇ ਆਖਿਆ ਪੈਸੇ ਨਹੀਂ ਲੈਣੇ, ਸ਼ੋਅ ਕਰਾਣੇ, ਠੀਕ ਹੈ? ਕੱਟ ਕੇ ਦਿੰਦਾ ਭਾਈ ਕੋਲੇ ਰਿਕਾਰਡਿੰਗ ਵਿੱਚ, ਭਾਈ ਕੋਲ ਚਲੋ ਠੀਕ ਹੈ, ਠੀਕ ਹੈ, ਠੀਕ ਆ ਭਾਈ ਕੋਲੇ ਰਿਕਾਰਡਿੰਗ ਸਫਾ ਕਰੋ, ਮੋਬਾਈਲ ਨਿਕਲੇ ਨਹੀਂ ਕਿਸੇ ਨਾਲ, ਠੀਕ ਹੈ? ਪਹਿਲਾਂ ਮਾਫੀ ਦੇ, ਅਸੀਂ ਵੀ ਕੰਪਨੀ ਦਾ ਕੰਮ ਕਰ ਰਹੇ ਹਾਂ, ਆ ਬੈਟਰੀ ਵੀ ਇਹਦੇ ਵਿੱਚ ਚਾਰਜਰ ਦੀ, ਤੁਸੀਂ ਕੰਪਨੀ ਦਾ ਕਾਰਡ ਨਹੀਂ ਪੈਸਾ ਵੀ ਤੁਹਾਡਾ ਕਰ ਸਕਦੇ। ਅੱਛਾ ਕੀ ਕਹਿੰਦੇ ਹੋ? ਮਲਾ ਜੀ ਕੋਈ ਮਸਲਾ ਨਹੀਂ ਚਾਚੀ, ਕੀ ਕਹਿੰਦੇ ਹੋ? ਉਹਦੇ ਚਾਹੀਦਾ ਸਾਨੂੰ, ਚਲੋ ਹੁਣ ਇੱਕ ਲਾਟਰੀ ਮੇਰੀ ਕੱਢੋ, ਹੁਣ ਨਹੀਂ ਪਾਣੀ ਸਾਡੇ ਕੋਲ, ਮੇਰੀ ਕੱਢੋ ਨਾ ਹੁਣ ਲਾਟਰੀ, ਇੱਕ ਮੈਨੂੰ ਦਿਓ, ਇੱਕ ਮੇਰੀ ਕੱਢੋ, ਆਓ ਕੱਢੋ ਕੱਢੋ। ਹੈਲੋ, ਅੱਛਾ ਹੁਣ ਮੈਨੂੰ ਸਮਝਾਓ ਇਹਦਾ ਕੀ ਤਰੀਕਾ ਕਰ, ਸਮਝਾ ਯਾਰ ਅਗਰ ਪਰਚੀ ਨਿਕਲਦੀ ਹੈ ਖਾਲੀ, ਫਿਰ ਦੋ ਮੋਬਾਈਲ ਫ੍ਰੀ ਲੈ ਕੇ ਜਾਣੇ, ਤੁਸੀਂ ਪੈਸੇ ਨਹੀਂ ਦੇਣੇ, ਠੀਕ ਹੈ? ਰਿਕਾਰਡ ਹੋ ਗਈ, ਰਿਕਾਰਡ ਹੋ ਗਈ, ਪੈਸੇ ਦਿਓ। ਅੱਛਾ ਹੁਣ ਮੈਂ ਖੋਲਣਾ, ਖੋਲਣਾ ਦੇ ਵਿੱਚ ਜਿਹੜੀ ਚੀਜ਼ ਨਿਕਲਦੀ ਉਹ ਮੈਨੂੰ ਪਸੰਦ ਨਹੀਂ ਆਉਂਦੀ, ਮੈਂ ਡੀਲ ਕੈਂਸਲ ਕਰ, ਮੈਂ ਡੀਲ ਕੈਂਸਲ ਕਰਨਾ, ਫਿਰ ਫਿਰ ਇਹਦਾ ਮਤਲਬ ਇਹ ਹੈ ਕਿ ਤੁਸੀਂ 3850 ਰੁਪਏ ਦੇ ਵਿੱਚ ਕੋਈ ਮਖਸੂਸ ਚੀਜ਼ਾਂ ਵੇਚ ਰਹੇ ਹੋ, ਤੁਸੀਂ ਜ਼ਬਰਦਸਤੀ ਨਹੀਂ ਦੇ ਰਹੇ ਪਾਏ ਨੇ, ਜਿਹਦਾ ਦਿਲ ਮੰਨੇ ਲਵੇ, ਜਿਹਦਾ ਨਹੀਂ ਦਿਲ ਮੰਨੇ ਨਹੀਂ, ਕੋਈ ਜ਼ਬਰਦਸਤੀ। ਹੁਣ ਇਹ ਦੱਸੋ ਤੁਸੀਂ ਕੰਪਨੀ ਕਿਹੜੀ ਹੋ ਜੀ? ਤੁਸੀਂ ਆਖਿਆ ਜੀ ਤੁਸੀਂ ਇਹਨਾਂ ਨੂੰ ਮਿਲੋ। ਵਾਲੇਕੁਮ ਸਲਾਮ, ਤੁਸੀਂ ਇੱਥੇ ਕੋਟਲੀ ਬਾਜ਼ਾਰ ਮੇਰੇ ਪਿੰਡ ਆ ਕੇ ਮੇਰੇ ਜੂ ਜਾ ਕੇ ਮੈਨੂੰ ਪੁੱਛਦੇ ਹੋ ਮੈਂ ਕੌਣ ਆ? ਸਾਡਾ ਹੱਕ ਤੁਹਾਡਾ ਕਿਸ ਤਰੀਕੇ ਨਾਲ ਹੱਕ ਬਣਦਾ? ਮੇਰਾ ਹੱਕ ਬਣਦਾ ਮੈਂ ਤੁਹਾਨੂੰ ਪੁੱਛਾਂ ਤੁਸੀਂ ਕੌਣ ਹੋ? ਸੁਣੋ ਅਸੀਂ ਤੁਹਾਡੇ ਮਹਿਮਾਨ, ਲਿਸਨ ਲਿਸਨ ਲਿਸਨ, ਤੁਸੀਂ ਤਾਰਫ ਤੇ ਕਰਵਾਉਣਾ ਨਾ ਪਾ, ਕਿਉਂ ਮੈਂ ਤਾਰਫ ਕਰਾਣਾ ਤੁਹਾਨੂੰ? ਮੇਰੀ ਗੱਲ ਸੁਣੋ, ਤੁਸੀਂ ਇੱਕ ਗੇਮ ਕਰ ਰਹੇ ਹੋ ਨਾ, ਮੈਂ ਹੁਣ ਤੁਹਾਨੂੰ ਤੁਹਾਡੇ ਕੋਲ ਆ ਗਿਆ, ਚਲੋ ਹੁਣ ਮੈਨੂੰ ਦੱਸੋ
ਕਿੱਥੋਂ ਆਏ ਹੋ ਤੁਸੀਂ? ਮੈਂ ਦੱਸ ਦਿੰਦਾ, ਇੱਧਰ ਆ ਜਾਓ ਜੀ ਜੀ, ਮਿੱਟੀ 'ਚ ਆ ਗਏ ਜੀ ਜੀ, ਮਿੱਟੀ 'ਚ ਨਾ ਜਾ, ਆ ਜਾਓ ਆ ਜਾਓ, ਦੱਸੋ ਬੰਦ ਕਰਨਾ, ਦੱਸੋ ਨਾ ਕਿਹੜੀ ਕੰਪਨੀ ਹੈ, ਕਿੱਥੋਂ ਆਏ ਹੋ ਦੱਸੋ ਨਾ, ਤੁਸੀਂ ਲੋਕਾਂ ਨੂੰ ਕਾਰੋਬਾਰ ਕਰਨ ਆਏ ਹੋ, ਤੁਹਾਨੂੰ ਦੇਖ ਕੇ ਲੋਕ ਕਾਰੋਬਾਰ ਕਰਨਾ ਆਵਣਗੇ, ਮਜ਼ੀਦ ਆਵਣਗੇ? ਸਰਗਰਮੀ ਤੁਹਾਡੀ ਦੇਖੋ, ਤੁਸੀਂ ਇੱਕ ਨਾਨ ਸੈਂਸ ਹਰਕਤ ਕਰ ਰਹੇ ਹੋ। ਮੈਂ ਇਹ ਪੁੱਛ ਰਿਹਾ ਤੁਹਾਡੇ ਕੋਲੋਂ ਕਿ ਤੁਸੀਂ ਇਸ ਟਾਈਮ ਕੋਟਲੀ ਬਜ਼ਾਰ ਖਲੋਤੇ ਹੋ, ਕੈਰੇਟ ਪਹਿਲਾਂ ਖਲੋਤੇ ਹੋ, ਕੀ ਕਰ ਰਹੇ ਹੋ? ਸਰ ਹਮ ਮਸ਼ਹੂਰੀ ਕਰ ਰਹੇ ਹਾਂ। ਹਾਂ, ਕੌਣ ਸੀ ਮਸ਼ਹੂਰੀ? ਦਿਖਾਏ ਕੌਣ ਸੀ, ਬਤਾਏ ਮਸ਼ਹੂਰੀ ਕੈਸੇ ਕਰਦੇ ਹੈ? 3850 ਰੁਪਏ ਲੈ ਰਹੇ ਮੋਬਾਈਲ ਵੇਚਣ ਕੇ, ਔਰ ਸਾਥ ਮੇਂ ਇੱਕ ਚੀਜ਼ ਦੇ ਰਹੇ ਹੈ ਜੀ ਜੀ, ਪੈਸੇ ਨਹੀਂ ਲੈਣ ਲੱਗਾ, ਚੀਜ਼ ਨਿਕਲੀ ਜੀ ਉਹਦੇ ਵਿੱਚੋਂ ਹੀ ਲਾਂਗੇ, ਇਹ ਉੱਥੇ ਮੈਂ ਨਾ ਗੱਲ ਕੀਤੀ। ਵੀਵਰ ਕਾਫੀ ਸਾਰੇ ਆਪ ਲੋਕ ਮੌਜੂਦ ਹੈ, ਆਨਲਾਈਨ ਦੇਖ ਰਹੇ ਹੈ ਲਗਾਤਾਰ, ਔਰ ਮੈਂ ਖਾਮੋਸ਼ ਹੂੰ। ਇਹ ਨਾ ਇਸ ਵਕਤ ਮੈਂ ਮੌਜੂਦ ਹੂੰ ਕੋਟਲੀ ਬਜ਼ਾਰ, ਕੋਟਲੀ ਬਜ਼ਾਰ ਮੈਂ ਹਾਸਪਿਟਲ ਮੈਂ ਜਾ ਰਹਾ ਤਾਂ, ਜੈਸੇ ਕਿ ਥੋੜ੍ਹੀ ਦੇਰ ਪਹਿਲੇ ਮੈਂਨੇ ਲਾਈਵ ਵੀਡੀਓ ਮੈਂ ਦਿਖਾਇਆ ਕਿ ਹਮਾਰਾ ਇੱਕ ਫੰਕਸ਼ਨ ਹੈ ਵਹਾਂ ਪੇ, ਤੋ ਇਹ ਸੜਕ ਪੇ ਇੱਕ ਮਿੰਟ, ਇਹ ਸੜਕ ਪੇ ਨਾ ਮੋਬਾਈਲ ਵਾਲੀ ਇੱਕ ਸਕੀਮ ਹੈ, ਕੈਰੇਟ ਪੈ, ਇੱਕ ਮਿੰਟ ਰੁਕਤਾ ਹੋਣਾ ਜੀ, ਸਬਰ ਕਰੋ ਮੁਜੇ, ਇਹ ਗਾੜੀ ਨੰਬਰ ਹੈ, ਔਰ ਇਹ ਕਾਫੀ ਸਾਰੇ ਲੋਕ ਹੈ ਇਸਮੇ, ਔਰ ਲੋਕੋਂ ਕੋ ਰੋਕ ਰਹੇ ਹੈ, ਔਰ ਰੋਕ ਕੇ ਮੋਬਾਈਲ ਦੇ ਰਹੇ ਹੈ, ਠੀਕ ਹੈ, ਔਰ ਮੋਬਾਈਲ ਕੀ ਤਰੀਕਾ ਕਰ ਰਹੀ ਹੈ ਕਿ 3850 ਰੁਪਏ ਮੈਂ ਇਹ ਦੇ ਰਿਹਾ ਮੋਬਾਈਲ, ਔਰ ਸਾਥ ਮੇਂ ਕਿ ਇਨਾਮ ਦੇ ਰਿਹਾ, ਔਰ ਕਾਫੀ ਸਾਰੇ ਲੋਕ ਹੈ, ਔਰ ਇਹ ਕਿਸੀ ਕਾ ਇਹ ਫੋਨ ਮੁਝੇ ਕਰਵਾ ਰਹੇ ਹੈ, ਮੈਂ ਫੋਨ ਸੁਣਤਾ ਹੂੰ ਕਿ ਇਹ ਕੌਣ ਸਾਹਿਬ ਹੈ ਔਰ ਕਿਆ ਕਹਿਣਾ ਚਾਹ ਰਹੇ ਹੈ। ਬਾਤ ਕਰੇ ਸਰ, ਸਲਾਮ ਅਲੈਕੁਮ, ਕਰ ਲੇ ਬਾਤ, ਸਲਾਮ ਅਲੈਕੁਮ ਜੀ, ਸਲਾਮ ਅਲੈਕੁਮ ਜੀ ਸਰ, ਤੁਹਾਡੀ ਆਵਾਜ਼ ਨਹੀਂ ਆ ਰਹੀ। ਉਹਨੇ ਪਹਿਲਾਂ ਮੇਰੀ ਗੱਲ ਹੋਈ, ਉਹਨੇ ਕਿਹਾ ਪੈਸੇ ਨਹੀਂ ਦੇਣੇ, ਖਾਲੀ ਸ਼ੋਅ ਕਰਾਉਣੇ ਨੇ ਜੀ ਜੀ ਜੀ। ਸ਼ਬਾਜ਼ ਭਾਈ ਕਹਤੇ ਹੈ ਜੀ, ਇਹ ਨੌਸਰਬਾਜ਼ ਹੈ ਜੀ, ਮੁਝੇ ਅਭੀ ਤੱਕ ਇਨਕੀ ਸਮਝ ਨਹੀਂ ਆ ਰਹੀ ਹੈ ਕੈਸੇ ਨੌਸਰਬਾਜ਼ੀ ਕਰ ਰਹੇ ਹੈ, ਕਿਉਂਕਿ ਮੈਂ ਇਨਕੋ ਰੋਕ ਲਿਆ ਅਭੀ, ਲੇਕਿਨ ਮੁਝੇ ਅਭੀ ਇਨਕਾ ਵੋ ਤਰੀਕਾ ਵਾਰਦਾਤ ਸਮਝ ਆਇਆ ਕੋਈ ਥੋੜ੍ਹਾ ਬਹੁਤ, ਅਗਰ ਆਪ ਜੁਆਇਨ ਕਰ ਸਕਦੇ ਹੋ ਤਾਂ ਆਪ ਆ ਜਾਏ, ਔਰ ਪੁਲਿਸ ਬੁਲਾਓ ਆਪ ਕਹਿ ਰਹੇ ਹੈ ਜੀ, ਇਜਾਜ਼ ਅਹਿਮਦ ਸਾਹਿਬ, ਆਈ ਡੋਂਟ ਥਿੰਕ ਸੋ ਕਿ, ਅੱਛਾ ਮਲਕ ਸ਼ਾਮ ਸਾਹਿਬ ਫੁੱਲ ਇਨਫੋਰਮੇਸ਼ਨ ਲੋ, ਆਪ ਮੁਝੇ ਬਤਾਏ ਕਿ ਮੈਂ ਕਿਆ ਪੁੱਛੂ ਇਨਸੇ, ਆਈ ਡੋਂਟ ਨੋ ਮੈਂ ਕਿਸ ਤਰ੍ਹਾਂ ਸੇ ਇਨਕਾ ਇਨਕੋ ਕਰ ਸਕਤਾ ਹੂੰ ਜੀ। ਅੱਛਾ ਭਾਈ ਤੁਸੀਂ ਲੈ ਰਹੇ ਸੀ ਨਾ ਆਪਣਾ ਮੋਬਾਈਲ, ਤੁਹਾਨੂੰ ਕੀ ਗੱਲ ਸੁਣਾਈ ਇਹਨਾਂ ਨੇ? ਮੈਨੂੰ ਇਹਨਾਂ ਨੇ ਜਨਾਬ ਆਖਿਆ ਸ਼ੋਅ ਕਰਾਉਣੇ ਪੈਸੇ, ਖਾਲੀ ਪੈਸੇ ਸ਼ੋਅ ਕਰਾਉਣੇ, ਪੈਸੇ ਤੁਹਾਡੇ ਸਾਹਮਣੇ ਸ਼ੋਅ ਕਰਾਉਣੇ, ਸ਼ੋਅ ਵੀ ਕਰਾਏ ਨਹੀਂ ਸਕਦੇ, ਕਿਰਾਇਆ ਸਕਦੇ, ਇਹਨਾਂ ਕੋਲ ਕੀਮਤ ਤੋਂ ਡਾਊਨ ਦਾ ਮਤਲਬ ਹੈ ਮਾਲ ਹੈ, ਐਲ ਸੀ ਡੀ ਦਾ 1500-1600 ਮੋਬਾਈਲ, ਕੋਈ ਚੱਕਰ ਨਹੀਂ ਹੈ ਵੀ, ਮੋਬਾਈਲ ਥਮਾਉਂਦੇ ਨੇ ਜੀ ਜੀ ਜੀ, ਔਰ ਨਾਲ ਸੌਦਾ ਥਮਾਉਂਦੇ ਨੇ, ਸੌਦਾ ਥਮਾਉਂਦੇ ਨੇ, ਫਿਰ ਕਿਸ ਤਰ੍ਹਾਂ ਕਹਿੰਦੇ ਕੰਪਨੀ ਦੀ ਮਸ਼ਹੂਰੀ ਕਰ ਰਹੇ ਹੈ, ਕੀ ਮਸ਼ਹੂਰੀ ਕਰ ਰਹੇ ਹੋ ਦੱਸੋ ਨਾ, ਕਿੰਨੀ ਦੀ ਮਸ਼ਹੂਰੀ ਕਰ ਰਹੇ ਹੋ? ਨਹੀਂ ਕੌਣ ਬਹੁਤ ਸਟਰੋਂਗ, ਇਹਨੂੰ ਬੰਦ ਕਰੇਗਾ ਤਾਂ ਦੱਸਾਂਗਾ ਯਾਰ, ਇਹਦਾ ਬੰਦ ਕਰੇਗਾ ਤਾਂ ਦੱਸਾਂਗਾ ਤੈਨੂੰ, ਤੂੰ ਬਣਾ ਲੈ ਯਾਰ, ਬਣਾਈ ਜਾ ਵੀ ਕੱਲੂ ਤੱਕ ਬੰਦ ਕਰ ਦੇਣਾ, ਮੈਂ ਦੱਸਦਾ ਵਾ ਕੀ ਹੈ ਮੈਂ, ਯਾਰ ਪਬਲਿਕ ਵਿੱਚ ਦੱਸਿਆ ਕੀ ਮਸਲਾ, ਤੂੰ ਬਣਾ ਬੇਟਾ, ਬੰਦ ਕਰ।
ਬੇਟਾ ਮੈਂ ਕਾਮ ਕਰ ਲੇਤਾ ਹੂੰ ਅਭੀ ਨਾ ਮੁਝੇ ਲਾਈਵ ਬੰਦ ਕਰਕੇ ਨਾ ਕੁਛ ਇਨਕਾ ਪਲਾਨ ਕਰਨਾ ਪੜੇਗਾ ਕਿਉਂਕਿ ਮੁਝੇ ਮੇਰੇ ਪਾਸ ਇੱਕ ਹੀ ਫੋਨ ਹੈ ਔਰ ਮੁਝੇ ਇੱਕ ਦੋ ਫੋਨ ਘੁਮਾਨੇ ਪੜੇਗੇ ਲਿਹਾਜ਼ਾ ਆਪ ਅਗਲੀ ਵੀਡੀਓ ਕਾ ਇੰਤਜ਼ਾਰ ਕਰੇ ਜੋ ਹੈ ਇੰਟਰਮਿਸ਼ਨ ਜੋ ਹੈ ਇਨਕਾ ਜੋ ਹੈ ਵੋ ਜੋ ਹੈ ਖਾਜਾ ਆਸਫ ਵਾਲਾ ਯੈਸ ਸ਼ਬਾਜ਼ ਭਾਈ ਕਮ 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 ਠੀਕ ਹੈ ਜੀ ਮੈਂ ਇੱਕ ਦੋ ਕਾਲ ਕਰ ਲੂੰ ਫਿਰ ਇਸਕੇ ਬਾਅਦ ਦੁਬਾਰਾ ਆਪ ਇਸੀ ਵਕਤ ਲਾਈਵ ਦੇਤਾ ਹੂੰ ਮੈਂ।